ਬਾਪੂ ਜੀ ਉਹ ਨਹੀਂ ਸਾਡੇ ਦਾਲ ਨੂੰ ਮੇਲਾ ਦਾ ਦਾਲ ਹੀ ਬਣ ਰਹੀ ਆ, ਤੜਕਾ ਲੱਗਿਆ ਵਾ। ਦਾਲ ਬਣਾਤੀ ਜੀ? ਦਾਲ ਬਣਾਤੀ ਜੀ, ਸਵਾਦ ਬਣੀ ਹੈ ਜੀ, ਖਾਓਗੇ ਪਤਾ ਲੱਗੂ। ਅੱਛਾ ਜੀ, ਉਦੋਂ ਆਪਾਂ ਉੱਥੇ ਨਰੇਲਾ ਜੰਗਲ 'ਚ ਲਾਇਆ 13 ਮਹੀਨੇ ਲੰਗਰ, ਉਦੋਂ ਆਪਣਾ ਚੱਲਿਆ ਲੰਗਰ 13 ਮਹੀਨੇ ਉੱਥੇ ਜੰਗਲ ਦੇ ਵਿੱਚ। ਹੁਣ ਜਿੱਥੇ ਸਾਨੂੰ ਜਗ੍ਹਾ ਮਿਲ ਗਈ, ਆਹ ਕਿਹੜੀ ਮੁੱਲ ਲੈਣੀ ਹੈ? ਰਾਸ਼ਨ ਪਾਣੀ ਪੂਰਾ ਲੈ ਕੇ ਪਹੁੰਚ ਗਏ ਜੀ, ਸਾਲ ਦਾ ਰਾਸ਼ਨ ਪਾਣੀ ਵੇਚਿਆ ਗੱਡੀ ਦੇ, ਅਤੇ ਬਾਕੀ ਦੂਜੀ ਗੱਲ ਵੀ ਗੱਡੀਆਂ ਆਪਣੀਆਂ, ਮਗਰ ਦੋ ਹੋਰ ਵੀ ਆ ਰਹੀਆਂ, ਨਾਲੇ ਮਾਈਆਂ ਵੀ ਆ ਰਹੀਆਂ ਦੇ ਵਿੱਚ ਪੂਰਾ ਚਾਹ ਵੀ ਮੋਰਚਾ ਲਾਉਣਾ ਹੀ ਲਾਉਣਾ ਜੀ, ਜਿੱਤੇ ਕੇ ਜਾਣਾ। ਜਿਹੜਾ ਸਾਨੂੰ ਇਹ ਜਿਹੜੇ ਸਾਨੂੰ ਸਰਕਾਰਾਂ ਭੰਬਲ ਭੂਸਿਆਂ ਪਾ ਰਹੀਆਂ, ਇਹਨਾਂ ਨੂੰ ਅਸੀਂ ਭੰਬਲ ਭੂਸਿਆਂ ਕੱਢ ਕੇ ਜਾਵਾਂ। ਉਹ ਆਟੇ ਦੀਆਂ ਤਸਵੀਰਾਂ, ਆਟਾ ਵੀ ਬਾਪੂ ਜੀ ਉਹਨਾਂ ਨੇ ਗੁੰਨ ਲਿਆ, ਦੁੱਧ ਦੇ ਪੈਕਟ ਇੱਥੇ ਪਏ ਨੇ, ਆਟਾ ਪਿਆ, ਸਿਲੰਡਰ ਹੈਗਾ, ਭੱਠੀ ਹੈਗੀ ਆ, ਤਕਰੀਬਨ ਸਾਰਾ ਸਮਾਨ ਇੱਥੇ ਪਹੁੰਚ ਗਿਆ। ਕਿੰਨੀ ਕੁ ਸੰਗਤ ਲੈ ਕੇ ਆਏ ਆਪਣੇ ਪਿੰਡੋਂ ਜੀ? ਸਾਡੇ ਜੀ 300 ਬੰਦਾ ਹੈ ਅਤੇ 12 ਟਰਾਲੀਆਂ ਇੱਕ ਜੋਨ ਦੀਆਂ ਨੇ, 12 ਪਿੰਡਾਂ ਦੇ ਵਿੱਚੋਂ 12 ਟਰਾਲੀਆਂ। ਬਾਪੂ ਜੀ ਉਹ ਨਹੀਂ ਸਾਡੇ ਦਾਲ ਨੂੰ ਮੇਲਾ ਦਾ ਦਾਲ ਹੀ ਬਣ ਰਹੀ ਆ, ਤੜਕਾ ਲੱਗਿਆ ਵਾ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਲ ਬਣਾਤੀ ਜੀ? ਦਾਲ ਬਣਾਤੀ ਜੀ, ਸਵਾਦ ਬਣੀ ਹੈ ਜੀ, ਖਾਓਗੇ ਪਤਾ ਲੱਗੂ। ਅੱਛਾ ਜੀ, ਫਿਰ ਕੋਈ ਹੁਣ ਨੰਗੋਚ ਨੰਗੋਚ ਨਹੀਂ ਨਿਕਲੂ ਜੀ ਦਾਲ 'ਚ? 13 ਮਹੀਨੇ ਪਹਿਲਾਂ ਵੀ ਬਣਾਈ ਆਪਾਂ, ਉਦੋਂ ਆਪਾਂ ਉੱਥੇ ਨਰੇਲਾ ਜੰਗਲ 'ਚ ਲਾਇਆ 13 ਮਹੀਨੇ ਲੰਗਰ, ਉਦੋਂ ਆਪਣਾ ਚੱਲਿਆ ਲੰਗਰ 13 ਮਹੀਨੇ ਉੱਥੇ ਜੰਗਲ ਦੇ ਵਿੱਚ। ਹੁਣ ਜਿੱਥੇ ਸਾਨੂੰ ਜਗ੍ਹਾ ਮਿਲ ਗਈ, ਆਹ ਕਿਹੜੀ ਮੁੱਲ ਲੈਣੀ ਹੈ? ਜਿੱਥੇ ਮਿਲ ਗਈ ਉੱਥੇ ਅਸੀਂ ਟੈਂਟ ਲਾ ਦੇਣਾ, ਲੰਗਰ ਅਸੀਂ ਚਲਾ ਦੇਣਾ, ਹੋਰ ਕੋਈ ਸਾਧ ਭਾਵੇਂ ਆਵੇ ਨਾ ਆਵੇ, ਆਪਾਂ ਤਾਂ ਆ ਗਏ ਹਾਂ। ਰਾਸ਼ਨ ਪਾਣੀ ਪੂਰਾ ਲੈ ਕੇ ਪਹੁੰਚ ਗਏ ਜੀ, ਸਾਲ ਦਾ ਰਾਸ਼ਨ ਪਾਣੀ ਵੇਚਿਆ ਗੱਡੀ ਦੇ, ਅਤੇ ਬਾਕੀ ਦੂਜੀ ਗੱਲ ਵੀ ਗੱਡੀਆਂ ਆਪਣੀਆਂ, ਮਗਰ ਦੋ ਹੋਰ ਵੀ ਆ ਰਹੀਆਂ, ਨਾਲੇ ਮਾਈਆਂ ਵੀ ਆ ਰਹੀਆਂ, ਇੱਕ ਸਾਡੇ ਕੋਲ ਵਿਆਹ ਕਰਕੇ ਨਹੀਂ ਆ ਸਕੇ, ਅਤੇ ਮਗਰ ਗੱਡੀਆਂ ਵੀ ਦੋ ਆ ਰਹੀਆਂ, ਬਲੈਰੋ ਭਰ ਕੇ ਗੱਡੀਆਂ, ਮਾਈਆਂ ਵੀ ਆ ਰਹੀਆਂ, ਸਭ ਦਾ ਵੀ ਆ ਰਿਹਾ, ਸਭ ਕੁਝ ਆ ਰਿਹਾ। ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਜੀ? ਅਸੀਂ ਆਪਣੇ ਪਿੰਡ ਡੰਡਕ ਸੇਲ ਜ਼ਿਲ੍ਹਾ ਤਰਨ ਤਾਰਨ ਸਾਹਿਬ ਬੀੜ ਬਾਬਾ ਬੁੱਢਾ ਸਾਹਿਬ ਦੇ ਨਜ਼ਦੀਕ। ਹਾਂਜੀ, ਕਦੋਂ ਦੇ ਤੁਰੇ ਵੇ ਹੋ ਜੀ ਫਿਰ? ਅਸੀਂ ਕੱਲ੍ਹ ਤੁਰੇ ਬਾਬਾ ਜੀ, ਸਾਡੇ 11-12 ਵਜੇ ਪਿੰਡ ਤੋਂ, ਅਤੇ ਰਾਤ ਅਸੀਂ ਆ ਕੇ ਸੰਗਰੂਰ ਦੇ ਲਾ ਕੇ ਥੋੜ੍ਹਾ ਆਰਾਮ ਰੂਮ ਕੀਤਾ। ਦੂਜੀ ਰਾਤ ਹੋ ਜਾਣੀ ਹੈ ਜੀ? ਦੂਜੀ ਰਾਤ ਹੋ ਗਈ, ਕੱਲ੍ਹ ਨੂੰ ਜਿਹੜੀ ਕੱਲ੍ਹ ਨੂੰ ਚਾਹ ਜਿਹਾ ਵੀ ਜਿੱਤ ਕੇ ਜਾਣ ਦਾ ਯਾਰ, ਹਾਂ ਚਾਹ ਜਿਹਾ ਚੜਿਆ ਹੋਇਆ ਦੇ ਵਿੱਚ, ਪੂਰਾ ਚਾਹ ਵੀ ਮੋਰਚਾ ਲਾਉਣਾ ਹੀ ਲਾਉਣਾ ਜੀ, ਜਿੱਤੇ ਕੇ ਜਾਣਾ। ਜਿਹੜਾ ਸਾਨੂੰ ਇਹ ਜਿਹੜੇ ਸਾਨੂੰ ਸਰਕਾਰਾਂ ਭੰਬਲ ਭੂਸਿਆਂ ਪਾ ਰਹੀਆਂ, ਇਹਨਾਂ ਨੂੰ ਅਸੀਂ ਭੰਬਲ ਭੂਸਿਆਂ ਕੱਢ ਕੇ ਜਾਵਾਂਗੇ, ਹਾਂ ਫਸਿਆ ਵਾ ਉਹ ਕੱਢਣਾ ਹੀ ਕੱਢਣਾ, ਕੱਢ ਕੇ ਜਾਵਾਂਗੇ ਪੱਕਾ। ਹਾਂ ਧੰਨਵਾਦ ਬਾਪੂ ਜੀ। ਤਾਂ ਬਾਪੂ ਜੀ ਹੋਰੀ ਦਾਲ ਬਣਾ ਰਹੇ ਨੇ, ਸਾਰਾ ਸਮਾਨ ਆ ਜਿਹੜਾ ਉਹ ਨਾਲ ਲੈ ਕੇ ਆਏ ਹੋਏ ਨੇ, ਅਤੇ ਉਹ ਆਟੇ ਦੀਆਂ ਤਸਵੀਰਾਂ, ਆਟਾ ਵੀ ਬਾਪੂ ਜੀ ਉਹਨਾਂ ਨੇ ਗੁੰਨ ਲਿਆ, ਦੁੱਧ ਦੇ ਪੈਕਟ ਇੱਥੇ ਪਏ ਨੇ, ਆਟਾ ਪਿਆ, ਸਿਲੰਡਰ ਹੈਗਾ, ਭੱਠੀ ਹੈਗੀ ਆ, ਤਕਰੀਬਨ ਸਾਰਾ ਸਮਾਨ ਇੱਥੇ ਪਹੁੰਚ ਗਿਆ, ਸਾਰਾ ਸਮਾਨ ਪਹੁੰਚ ਗਿਆ। ਤਾਂ ਇੱਕ ਗੱਡੀ ਦੀ ਤਸਵੀਰ ਦਿਖਾਉਂਦੇ ਹਾਂ, ਆਹ ਮੇਰੇ ਸਾਹਮਣੇ ਗੱਡੀ ਆ, ਗੱਡੀ ਦੇ ਵਿੱਚ ਮੈਨੂੰ ਲੱਗਦਾ ਬਾਪੂ ਜੀ ਉਹਨਾਂ ਨੇ ਚਾਹ ਵੀ ਬਣਾਤੀ ਜੀ। ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚਾਹ ਦੀ ਡਿਊਟੀ ਲੱਗੀ ਹੋਈ ਆ ਜੀ ਬਾਪੂ ਜੀ? ਚਾਹ ਬਣਾ ਰਹੇ ਆ। ਅੱਛਾ ਜੀ, ਕਿੰਨੇ ਬੰਦੇ ਪਹੁੰਚ ਗਏ ਜੀ ਆਪਾਂ ਇੱਥੇ? ਬੰਦੇ ਜੀ ਹਰੇਕ ਜ਼ੋਨ ਦੇ ਅਲੱਗ ਅਲੱਗ ਕੀਤੀ ਆ ਸਾਰੇ। ਆ ਜਾਓ ਮਾੜਾ ਜਿਹਾ ਇੱਥੇ ਕਿਨੂੰ ਆ ਜਾਓ। ਸਾਰੇ ਜ਼ੋਨਾਂ ਤੇ ਜ਼ਿਲ੍ਹਿਆਂ ਦੇ ਅਲੱਗ ਅਲੱਗ ਆ, ਉਹਨਾਂ ਦੇ ਪ੍ਰਧਾਨਾਂ ਕੋਲ ਗਿਣਤੀ ਆ, ਹੁਣ ਟੋਟਲੀ ਗਿਣਤੀ ਤਾਂ ਦੱਸ ਨਹੀਂ ਸਕਦੇ ਕੋਈ, ਬਹੁਤ ਜ਼ਿਆਦਾ ਆ, ਲੰਮੀ ਚੌੜੀ ਗਿਣਤੀ ਆ। ਕਿੰਨੀ ਕੁ ਸੰਗਤ ਲੈ ਕੇ ਆਏ ਆਪਣੇ ਪਿੰਡੋਂ ਜੀ? ਸਾਡੇ ਜੀ 300 ਬੰਦਾ ਹੈ ਅਤੇ 12 ਟਰਾਲੀਆਂ ਇੱਕ ਜ਼ੋਨ ਦੀਆਂ ਨੇ, 12 ਪਿੰਡਾਂ ਦੇ ਵਿੱਚੋਂ 12 ਟਰਾਲੀਆਂ। ਹਾਂਜੀ, ਯਾਨੀ ਕਿ ਫਿਰ ਇੱਕ ਰਾਤ ਪਿੱਛੇ ਲਾਈ, ਇੱਕ ਰਾਤ ਪਿੱਛੇ ਲਾਈ ਜੀ ਨਾਨਕ ਸਰ, ਇੱਕ ਰਾਤ ਅੱਜ ਹੋ ਜਾਣੀ ਹੈ, ਅੱਜ ਹੋ ਜਾਣੀ ਹੈ ਜੀ। ਸਵੇਰੇ ਗੌਰਮੈਂਟ ਨਾਲ ਭਿੜਾਂਗੇ, ਜੇ ਅੱਜ ਵਾਲੀ ਮੀਟਿੰਗ ਦੇ ਵਿੱਚ ਚੰਡੀਗੜ੍ਹ ਮੀਟਿੰਗ ਚੱਲ ਰਹੀ ਹੈ, ਉਹਨਾਂ ਦੇ 'ਚ ਕੋਈ ਨਹੀਂ ਫੈਸਲਾ ਹੁੰਦਾ ਤਾਂ ਫਿਰ।
ਬਾਪੂ ਜੀ ਬੈਰੀਗੇਟ ਬਹੁਤ ਲਾਏ ਹੋਏ ਬੈਰੀਗੇਟ ਟੁੱਟ ਜਾਣੇ ਬੈਰੀਗੇਟ ਤਾਂ ਕਿਹੜੇ ਬੈਰੀਗੇਟ ਕੋਈ ਨਹੀਂ ਪੰਜਾਬੀਆਂ ਦੇ ਅੱਗੇ ਕੁਛ ਨਹੀਂ ਅੜਕ ਦਰਿਆ ਦਾ ਮੂੰਹ ਮੋੜਤਾ ਜੀ ਇਹ ਤਾਂ ਬੈਰੀਗੇਟ ਨੇ ਕਿੱਡੀ ਗੱਲ ਆ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੰਨੀ ਕੁ ਸੰਗਤ ਲਾਇਆ ਜੀ ਫਿਰ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਡਿਸਟ੍ਰਿਕਟ ਫਿਰੋਜ਼ਪੁਰ ਦਾ ਮੀਤ ਪ੍ਰਧਾਨ ਨਰਿੰਦਰਪਾਲ ਸਿੰਘ ਜਤਾਲਾ ਅਸੀਂ ਤਕਰੀਬਨ ਜਿੰਨੇ ਸਾਡੇ 237 ਪਿੰਡ ਆ ਫਿਰੋਜ਼ਪੁਰ ਜ਼ਿਲ੍ਹੇ 'ਚ ਅਤੇ 240 ਟਰਾਲੀਆਂ ਫਿਰੋਜ਼ਪੁਰ ਜ਼ਿਲ੍ਹੇ 'ਚੋਂ ਨਿਕਲ ਕੇ ਆਈਆਂ ਇਕੱਲੇ 'ਚੋਂ ਬਹੁਤ ਵੱਡੀ ਗਿਣਤੀ ਸਾਡੇ ਕੋਲ ਕਾਫਲਾ ਖੜ੍ਹਾ ਜੇ ਪਿੱਛੇ ਆ ਰਹੇ ਰੋਕ ਜਿੱਥੇ ਕਿਤੇ ਲੰਗਰ ਛਕਣਾ ਰੋਕ ਗਿਆ ਕਿ ਉਹ ਢਾਬੇ 'ਤੇ ਰੋਕ ਲਈ ਅਤੇ ਬੜੀ ਵੱਡੀ ਗਿਣਤੀ ਜਾ ਸੰਗਤ ਸਾਰੇ ਜ਼ਿਲ੍ਹੇ 'ਚੋਂ ਨਿਕਲ ਕੇ ਆਈ ਸਾਰੇ ਪੰਜਾਬ 'ਚੋਂ ਅਤੇ ਕੱਲ੍ਹ ਨੂੰ ਅਸੀਂ 10-11 ਵਜੇ ਜੋ ਰੱਜ ਦੇ ਨਾ ਜੱਟਾਂ ਦੇ ਆ ਅਤੇ ਰੱਜਾ ਜੱਟ ਅਤੇ ਝੋਟਾ ਜਿਹੜਾ ਉਜਾੜਾ ਵਿਗੇ ਦਾ ਆਹ ਵੇਖੋ ਵਾਲੇ ਤੁਸੀਂ ਕਿੱਲ ਗੁੱਲ ਵਿਖਾਉਣ ਡਿਆ ਜੇ ਮੀਡੀਆ ਇਹ ਅੱਧੇ ਘੰਟੇ ਸਾਡੀ ਮਾਰ ਅੱਧੇ ਘੰਟੇ ਤੋਂ ਪਹਿਲਾਂ ਅਸੀਂ ਲੰਘ ਜਾਂਗੇ ਦਿੱਲੀ ਦੇ ਬਾਰਡਰ 'ਤੇ ਪਹੁੰਚ ਜਾਣਾ ਸੀ 26 ਜਨਵਰੀ ਉਦੋਂ ਵੇਖਿਆ ਚੁੜਕਾ ਅਸੀਂ ਬਹੁਤ ਵੱਡਾ ਕਰਨਾਲ ਬਾਈਪਾਸ ਦੇ ਉੱਤੇ ਅਸੀਂ ਇਹਨਾਂ ਬੰਦ ਕੀਤਾ ਮੈਂ ਘੜੀ 'ਤੇ ਵੇਖਿਆ 20 ਮਿੰਟਾਂ 'ਚ ਸਾਰਾ ਡਰਤਾ ਅਤੇ ਚਲੇ ਗਏ ਮੈਨੂੰ ਟਰੇਲੇ ਨੂੰ ਲਾਲ ਕਿਰਨ ਜਾ ਚੜੇ ਸਾਂ ਇਹ ਸਾਨੂੰ ਨਹੀਂ ਡਰਾ ਸਕਦੀ ਸਰਕਾਰ ਨਾ ਅਸੀਂ ਤੋਂ ਕੁਛ ਨਹੀਂ ਇਹਨਾਂ ਤੋਂ ਇਹ ਪੰਜਾਬ ਜਿਹੜੇ ਸੂਰਮੇ ਆ ਨਾ ਹਿੰਦੁਸਤਾਨ ਦੇ ਵਿੱਚ ਇੱਕ ਵੱਖਰਾ ਸੂਬਾ ਪੰਜਾਬ ਚਲੋ ਹਰਿਆਣਾ ਨਾ ਵੱਖਰਾ ਕਰ ਲਾ ਉਹ ਜਾਟ ਭਾਈ ਸਾਡਾ ਛੋਟਾ ਭਾਈ ਆ ਅਤੇ ਉਹ ਵੀ ਬੜੇ ਬਹਾਦਰ ਨੇ ਅਤੇ ਪਰ ਪੰਜਾਬੀ ਤਾਂ ਪੰਜਾਬੀ ਆ ਪੰਜਾਬ ਅਤੇ ਬੰਗਾਲ ਦੋ ਹੀ ਸੂਬੇ ਹਿੰਦੁਸਤਾਨ ਜਿਹੜੀ ਵੰਡ ਹੋਈ ਆ ਮੋਦੀ ਮਤ ਸੋਚੇ ਅਮਿਤ ਸ਼ਾਹ ਸੋਚੇ ਗ੍ਰਹਿ ਮੰਤਰੀ ਪਰ ਇਹ ਜਿਹੜੇ ਸੂਰਮੇ ਆ ਨਾ ਇਹਨਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ ਇਹ ਆਉਣ ਵਾਲੇ ਸਮੇਂ ਤੁਸੀਂ ਨਾ ਕਿਸੇ ਤੋਂ ਡਰੇ ਅਤੇ ਨਾ ਕਿਸੇ ਨੂੰ ਇੰਨਾ ਡਰਾਇਆ ਜਿਹੜਾ ਇਹਨਾਂ ਦੇ ਆਇਆ ਸ਼ਰਨ ਦੇ ਵਿੱਚ ਉਹਦੇ ਵਾਸਤੇ ਸੀ ਦੇਗ ਅਤੇ ਜਿਹੜਾ ਚੜ੍ਹ ਕੇ ਉਹਦੇ ਵਾਸਤੇ ਤੇਗ ਹੈ ਪੰਜਾਬੀਆਂ ਦੇ ਕੋਲ ਇੰਨੀਆਂ ਕੁ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਤਸਵੀਰ ਦਿਖਾਉਣ ਜਾ ਰਹੇ ਹਾਂ ਰਾਤ ਕੱਟਣੀ ਹੈ ਇੱਥੇ ਰਾਤ ਕੱਟਣ ਤੋਂ ਪਹਿਲਾਂ ਬਾਪੂ ਜੀ ਹੋਰਾਂ ਨੇ ਚੁੱਲ੍ਹਾ ਪਖਾ ਲਿਆ ਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਮੱਥਾ ਟੇਕਦਾ ਜੀ ਬਾਪੂ ਜੀ ਗੁੰਨ ਲਿਆ ਆਟਾ ਜੀ ਹਾਂਜੀ ਗੁੰਨ ਲਿਆ ਆਟਾ ਜੀ ਹਾਂਜੀ ਹੁਣ ਰੋਟੀ ਪਾਣੀ ਆਪ ਜੀ ਆਪ ਹੀ ਜਿੱਤ ਕੇ ਜਾਵਾਂਗੇ ਜਾਂ ਮਰ ਕੇ ਜਾਵਾਂਗੇ ਕੁੜੀਆਂ ਟਰਾਲੀਆਂ ਭਰੀਆਂ ਵਾ ਸਾਲ ਸਾਲ ਦਾ ਰਾਸ਼ਨ ਲੈ ਕੇ ਆਏ ਹਾਂ ਅਤੇ ਮੋਦੀ ਨੇ ਨਾ ਬਾਬਿਆਂ ਨੂੰ ਆਉਂਦਾ ਬਾਬਿਆਂ ਨੂੰ ਸਾਡਿਆਂ ਨੂੰ ਵੀ ਤੁਹਾਨੂੰ ਇਹ ED ਪਾ ਦੇਣੀ ED ਪਾ ਦੇਣੀ ਬਾਬੇ ਵੀ ਤੁਹਾਨੂੰ ਪਹਿਲਾਂ ਅੱਜ ਕੱਲ੍ਹ ਥੋੜ੍ਹੇ ਜਿਹੇ ਉਹ ਵਿਚਾਰੇ ਥੋੜ੍ਹਾ ਜਿਹਾ ਢਿੱਲੇ ਪੈ ਗਏ ਬਾਕੀ ਦੇਣਗੇ ਮਤ ਕਰਨਗੇ ਨਾ ਵੀ ਕਰਨਗੇ ਤਾਂ ਅਸੀਂ ਆਪਣਾ ਰਾਸ਼ਨ ਲੈ ਆਏ ਸਾਲ ਸਾਲ ਦਾ ਠੀਕ ਹੈ ਜੀ ਵੀ ਜਾਣੀ ਕਿ ਮੋਰਚਾ ਫਤਿਹ ਕਰਕੇ ਜਾਣਾ ਜੀ ਯਾਰ ਸਾਡੇ ਬੱਚਿਆਂ ਦੀ ਜ਼ਮੀਨ ਅਸੀਂ ਬਚਾ ਕੇ ਜਾਣੀ ਆ ਜੇ ਜ਼ਮੀਨ ਅਸੀਂ ਇਹਨੂੰ ਦੇਖਦੇ ਸਾਡੇ ਬੱਚੇ ਕੀ ਆਖਣਗੇ ਬਾਪੂ ਦੇਖੋ ਹੁਣ ਆਪਾਂ ਆਪਣੀ ਫਸਲ 6 ਮਹੀਨੇ ਆਪ ਉਗਾਉਂਦੇ ਹਾਂ ਹਨਾ ਆਪ ਉਹਦੀ ਰਾਖੀ ਕਰਦੇ ਹਾਂ ਮੀਂਹ ਕਣੀ ਹਨਾ ਕਿਹੜੇ ਹਾਲਾਤ ਬਣਾਤੇ ਦੇਖੋ ਸਰਕਾਰ ਨੇ ਵੀ ਆਪਾਂ ਨੂੰ ਆਪ ਨਿਰਧਾਰਿਤ ਕਰਨ ਦਾ ਫਰਾਂਸ ਦੇ ਵਿੱਚ ਡੈਨਮਾਰਕ 'ਚ ਵਿਖਾਵੇ ਹੋ ਰਿਹਾ ਸਿਰਫ ਸਾਡੇ ਕਰਕੇ ਉਹ 150-150 ਸਾਲ ਹੋ ਗਏ ਜ਼ਮੀਨ ਖੁਸ਼ੀ ਨੂੰ ਉਹ ਜ਼ਮੀਨ 150-150 ਸਾਲ ਹੋ ਗਏ ਖੁਸ਼ੀ ਨੂੰ ਸਾਡੀ ਹੁਣ ਖੂਨ ਦਾ ਨਹੀਂ ਅਸੀਂ ਖੂਨ ਦੇਣੀ ਠੋਕਾਂਗੇ ਜਾਂ ਮਰਾਂਗੇ ਜਾਂ ਮਾਰਾਂਗੇ ਕਿੱਲਾ ਗੱਡਾਂਗੇ ਜੀ ਕਿੱਲਾ ਗੱਡਾਂਗੇ ਨਾ ਅਸੀਂ ਖਾਲਿਸਤਾਨੀ ਅਸੀਂ 1 ਨੰਬਰ ਦੇ ਸ਼ਹਿਰੀ ਹਾਂ ਇਸ ਦੇਸ਼ ਦੇ ਵਾਸੀ ਹਾਂ ਅਸੀਂ ਆਜ਼ਾਦੀ ਲਿਆਂਦੀ ਆ 93% ਦੇ ਕੇ ਅਤੇ ਮੋਦੀ ਹੋਣੀ ਆ ਜਾਂਦੇ ਜੀ ਅਸੀਂ 800 ਸਾਲ ਦੇ ਗੁਲਾਮ ਇਹ 800 ਸਾਲ ਦੇ ਗੁਲਾਮ ਥੋੜ੍ਹੀ ਇਹ 1600 ਸਾਲ ਦੇ ਗੁਲਾਮ ਆ 614 ਈਸਵੀ ਦੇ ਗੁਲਾਮ ਹੋਏ ਆ ਇਹ ਵਿੱਚੇ ਅਸੀਂ ਲੇਕਿਨ ਸਾਡੇ ਬਾਬੇ ਨਾਨਕ ਨੇ 1469 'ਚ ਜਨਮ ਲਿਆ ਅਤੇ 1476 7 ਸਾਲ ਦੀ ਉਮਰ 'ਚ ਜਦੋਂ ਉਹਨੇ ਜਨੇਊ ਨਹੀਂ ਪਾਇਆ ਉਹਨੇ ਤਾਂ ਬਗਾਵਤ ਉਦਣ ਕਰਤੀ ਉਹਨੇ ਤਾਂ ਬਗਾਵਤ ਉਦਣ ਕਰਤੀ ਫਿਰ ਉਹਨੇ ਸਿੱਖ ਉਦਣ ਪੈਦਾ ਹੋ ਗਿਆ ਜਿੱਦਣ ਉਹਨੇ ਜਨੇਊ ਨਹੀਂ ਪਾਇਆ ਫਿਰ ਉਹਨੇ ਬਗਾਵਤ ਕੀਤੀ ਜਦੋਂ ਬਾਬਰ ਨੂੰ ਜਾਬਰ ਕਿਹਾ
ਇਹਨਾਂ ਨੇ ਤੇ 800 ਸਾਲ ਵਿੱਚ ਹੀ ਅਸੀਂ ਗੁਲਾਮਾਂ ਨੇ ਉਹਨੂੰ ਗਬਾ ਕੇ ਨੂੰ ਅਲਾਉਦੀਨ ਖਿਲਜੀ ਗਜਨੀ ਵਗੈਰਾ ਜਿਹੜੇ ਸੀ ਜਿੰਨੇ ਵੀ ਆ ਕਿਸੇ ਨੇ ਕਿਹਾ ਕਿਸੇ ਨੂੰ ਆਖ ਮੰਗੀ ਕਿਸੇ ਜਾਦੀ ਅਤੇ ਬਾਬੇ ਨਾਨਕ ਤਾਂ 7 ਸਾਲ ਦਾ ਹੋ ਕੇ ਉਹਨੇ ਕਿਹਾ ਬ੍ਰਾਹਮਣੋ ਤੁਸੀਂ ਗਲਤ ਜੇ ਸੂਦਰ ਵੀ ਠੀਕ ਆ ਵੈਸ਼ ਵੀ ਠੀਕ ਆ ਕਤਰੀ ਵੀ ਠੀਕ ਆ ਅਸੀਂ ਉਹ ਬਾਬੇ ਨਾਨਕ ਦੇ ਨਿਆਈ ਹਾਂ ਜਿੱਤ ਕੇ ਜਾਵਾਂਗੇ ਜਾਂ ਮਰ ਕੇ ਜਾਵਾਂਗੇ।